शिव के दरवेश चैनल विच तुहाडा बहुत बहुत स्वागत है जी। आशा है तुसी सब ठीक होवोंगे। अज दी आपां इस वीडियो दे विच गल करांगे साईं सरकार दा ता लाडी शाह सरकार जी नकोदर वाली सरकार उन्हां दे दरबार तों जो इलायची दा प्रसाद मिलदा है उह जिंदगी किद्दां बदल दिंदा है। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਜਿਨ੍ਹਾਂ ਨੇ ਇਹ ਕਿੱਸਾ ਸਾਡੇ ਨਾਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਜੀ, ਉਹਨਾਂ ਨੇ ਆਪਣਾ ਨਾਮ ਦੱਸਣ ਤੋਂ ਮਨਾ ਕੀਤਾ। ਤਾਂ ਉਸ ਵੀਰ ਨੇ ਦੱਸਿਆ ਕਿ ਦਰਬਾਰ ਗਏ ਨੂੰ ਕਾਫੀ ਸਮਾਂ ਹੋ ਗਿਆ ਸੀ। ਪਹਿਲਾਂ ਤਾਂ ਸਾਈਂ ਜੀ ਦੀ ਕਿਰਪਾ ਦੇ ਨਾਲ ਦਰਬਾਰ 'ਤੇ ਗੇੜਾ ਲੱਗਦਾ ਰਹਿੰਦਾ ਸੀ, ਸਾਈਂ ਜੀ ਨੂੰ ਸਜਦਾ ਸਲਾਮ ਕਰ ਆਈਦਾ ਸੀ, ਸਾਈਂ ਜੀ ਦੀ ਕਿਰਪਾ ਬਰਸਦੀ ਰਹਿੰਦੀ ਸੀ। ਪਰ ਕੁਛ ਕੰਮਾਂ ਕਰਕੇ ਦਰਬਾਰ ਨਹੀਂ ਸੀ ਜਾ ਹੋ ਰਿਹਾ। ਤਾਂ ਜਦੋਂ ਦਰਬਾਰ ਨਹੀਂ ਸੀ ਜਾ ਹੋ ਰਿਹਾ ਤਾਂ ਜ਼ਿੰਦਗੀ ਦੇ ਵਿੱਚ ਕੁਛ ਪ੍ਰੋਬਲਮਾਂ ਚੱਲਣ ਦੀਆਂ ਪਈਆਂ ਸੀ, ਤਾਂ ਕਰਕੇ ਨਹੀਂ ਜਾ ਹੋਇਆ। ਪ੍ਰੋਬਲਮਾਂ ਕਹਿੰਦੇ ਇੰਨੀਆਂ ਵੱਧ ਚੁੱਕੀਆਂ ਸੀ ਕਿ ਜ਼ਿੰਦਗੀ ਦਾ ਰਾਸਤਾ ਜਿਹੜਾ ਉਹ ਖਤਮ ਹੋ ਚੁੱਕਾ ਸੀ। ਜ਼ਿੰਦਗੀ ਇੱਦਾਂ ਲੱਗਦੀ ਪਈ ਸੀ ਕਿ ਰੁੱਕ ਜੇ ਗਈ ਹੋਵੇ। ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਸੀ, ਕੰਮ ਸ਼ੁਰੂ ਕਰਦੇ ਸੀ, ਉਹ ਕੰਮ ਸਿਰੇ ਨਹੀਂ ਚੜ੍ਹਦਾ ਸੀਗਾ, ਉੱਥੇ ਹੀ ਰੁੱਕ ਜਾਂਦਾ ਸੀਗਾ। ਤਾਂ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਇੰਨੀਆਂ ਵੱਧ ਗਈਆਂ ਕਿ ਜ਼ਿੰਦਗੀ ਦਾ ਰਾਸਤਾ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਕਹਿੰਦੇ ਇੱਕ ਦਿਨ ਸਾਈਂ ਸਰਕਾਰ ਦਾ ਤਾਂ ਲਾਡੀ ਸ਼ਾਹ ਸਰਕਾਰ ਜੀ ਨਕੋਦਰ ਵਾਲੀ ਸਰਕਾਰ, ਉਹਨਾਂ ਦਾ ਕਹਿੰਦੇ ਕਰਮ ਹੋਇਆ ਅਤੇ ਨਕੋਦਰ ਦਰਬਾਰ ਜਾਣ ਦਾ ਮੌਕਾ ਮਿਲਿਆ। ਤਾਂ ਕਹਿੰਦੇ ਜਦੋਂ ਨਕੋਦਰ ਦਰਬਾਰ ਨੂੰ ਬੱਸ ਫੜੀ ਤਾਂ ਜਦੋਂ ਜਗਾ ਕੇ ਨਕੋਦਰ ਪਹੁੰਚੇ ਇੱਦਾਂ ਲੱਗਿਆ ਜਿੱਦਾਂ ਕਹਿੰਦੇ ਆਪਦੇ ਘਰ ਆ ਗਈ ਹੋਵਾਂ। ਸਭ ਤੋਂ ਪਹਿਲਾਂ ਕਹਿੰਦੇ ਜਾ ਕੇ ਸਾਈਂ ਵਿੱਕੀ ਸ਼ਾਹ ਜੀ ਦੇ ਦਰਬਾਰ 'ਤੇ ਸਜਦਾ ਸਲਾਮ ਕੀਤਾ। ਅਤੇ ਜਦੋਂ ਉੱਥੇ ਗਏ, ਵੀਰਵਾਰ ਦਾ ਦਿਨ ਸੀ ਅਤੇ ਮੇਲਾ ਲੱਗਿਆ ਹੋਇਆ ਸੀ, ਸਾਈਂ ਵਿੱਕੀ ਸ਼ਾਹ ਜੀ ਦੇ ਦਰਬਾਰ 'ਤੇ ਮੇਲਾ ਲੱਗਿਆ ਹੋਇਆ ਸੀ ਅਤੇ ਉੱਥੇ ਜਾ ਕੇ ਉਹਨਾਂ ਨੂੰ ਸਜਦਾ ਸਲਾਮ ਕੀਤਾ। ਬਾਅਦ ਦੇ ਵਿੱਚ ਇੱਧਰਲੇ ਪਾਸੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਆਏ ਅਤੇ ਜਦੋਂ ਜਾ ਕੇ ਪਹਿਲਾਂ ਬਾਬਾ ਮੁਰਾਦ ਸ਼ਾਹ ਜੀ ਨੂੰ ਸਜਦਾ ਸਲਾਮ ਕੀਤਾ, ਫਿਰ ਅੰਦਰ ਜਾ ਕੇ ਸਾਈਂ ਦਾਤਾ ਲਾਡੀ ਸ਼ਾਹ ਸਰਕਾਰ ਜੀ ਨੂੰ ਸਜਦਾ ਸਲਾਮ ਕੀਤਾ, ਫਿਰ ਪਿੱਛੇ ਜਾ ਕੇ ਚਾਹ ਦਾ ਲੰਗਰ ਛਕਿਆ ਅਤੇ ਚਾਹ ਦੇ ਲੰਗਰ ਹਾਲ ਤੋਂ ਅੱਗੇ ਜਾ ਕੇ ਇਲਾਇਚੀ ਦਾ ਪ੍ਰਸ਼ਾਦ ਮਿਲਦਾ ਪਿਆ ਸੀ। ਇੱਕ ਪਾਸੇ ਔਰਤਾਂ ਦੀ ਲਾਈਨ ਸੀ ਅਤੇ ਇੱਕ ਪਾਸੇ ਮਰਦਾਂ ਦੀ ਲਾਈਨ ਸੀ। ਤਾਂ ਅੱਗੇ ਜਾ ਕੇ ਉਹ ਦੋਵੇਂ ਲਾਈਨਾਂ ਇੱਕ ਹੋ ਰਹੀਆਂ ਸੀ ਅਤੇ ਕਹਿੰਦੇ ਮੈਨੂੰ ਇੱਦਾਂ ਲੱਗਿਆ ਕਿ ਲਾਈਨ ਇੱਕ ਹੀ ਹੈ ਅਤੇ ਮੈਂ ਭੱਜ ਕੇ ਕਹਿੰਦੇ ਦੂਸਰੀ ਲਾਈਨ ਦੇ ਵਿੱਚ ਖੜਾ ਹੋ ਗਿਆ। ਤਾਂ ਮੈਨੂੰ ਸੇਵਾਦਾਰ ਕਹਿੰਦੇ ਦੋਵੇਂ ਪਾਸੇ ਹੀ ਪ੍ਰਸ਼ਾਦ ਮਿਲੇਗਾ, ਤੁਸੀਂ ਇੱਦਾਂ ਕਰੋ ਇੱਧਰ ਖੜੇ ਹੋ ਜਾਓ। ਤਾਂ ਕਹਿੰਦੇ ਮੈਂ ਉਹਨਾਂ ਦੀ ਗੱਲ ਮੰਨ ਕੇ ਦੂਜੇ ਪਾਸੇ ਜਾ ਕੇ ਖੜਾ ਹੋ ਗਿਆ। ਤਾਂ ਕਹਿੰਦੇ ਮੈਨੂੰ ਇਲਾਇਚੀ ਦਾ ਪ੍ਰਸ਼ਾਦ ਮਿਲਿਆ। ਇਲਾਇਚੀ ਦਾ ਪ੍ਰਸ਼ਾਦ ਜਦੋਂ ਮਿਲਿਆ ਇੰਨੀ ਖੁਸ਼ੀ ਹੋਈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪ੍ਰਸ਼ਾਦ ਨੂੰ ਕਹਿੰਦੇ ਮੈਂ ਜੇਬ ਦੇ ਵਿੱਚ ਪਾ ਲਿਆ ਸਾਈਂ ਜੀ ਦਾ ਨਾਮ ਲੈ ਕੇ ਅਤੇ ਕਿਹਾ ਮੈਂ ਪਹਿਲਾਂ ਘਰੇ ਜਾ ਕੇ ਪ੍ਰਸ਼ਾਦ ਵੰਡੂੰਗਾ ਅਤੇ ਫਿਰ ਆਪ ਛਕੂੰਗਾ। ਤਾਂ ਕਹਿੰਦੇ ਬਾਅਦ ਦੇ ਵਿੱਚ ਮੈਂ ਬਾਪੂ ਜੀ ਬ੍ਰਹਮ ਜੋਗੀ ਜੀ ਮਹਾਰਾਜ ਜੀ ਦੇ ਦਰਬਾਰ 'ਤੇ ਗਿਆ ਅਤੇ ਉੱਥੋਂ ਵੀ ਕਹਿੰਦੇ ਮੈਨੂੰ ਇਲਾਇਚੀ ਦਾ ਪ੍ਰਸ਼ਾਦ ਮਿਲਿਆ। ਸਾਈਂ ਦੇਵ ਸ਼ਾਹ ਜੀ ਨੇ ਜੋ ਹੁਣ ਗੱਦੀ ਨਸ਼ੀਨ ਨੇ, ਉਹਨਾਂ ਨੇ ਕਹਿੰਦੇ ਮੈਨੂੰ ਇਲਾਇਚੀ ਦਾ ਪ੍ਰਸ਼ਾਦ ਦਿੱਤਾ ਅਤੇ ਮੇਰੇ ਦਿਲ ਦੀ ਜਿਹੜੀ ਰੂਹ ਸੀ ਇੰਨੀ ਖੁਸ਼ ਹੋਈ ਕਿ ਅੱਜ ਤਾਂ ਸਾਈਂ ਜੀ ਦੀ ਕਿਰਪਾ ਇੰਨੀ ਕੁ ਹੈ ਕਿ ਮੈਨੂੰ ਲੱਗਦਾ ਕਿ ਹੁਣ ਮੇਰੀ ਜ਼ਿੰਦਗੀ ਜ਼ਰੂਰ ਬਦਲ ਜਾਵੇਗੀ। ਤਾਂ ਕਹਿੰਦੇ ਮੈਂ ਬਾਅਦ ਦੇ ਵਿੱਚ ਘਰ ਆਇਆ ਅਤੇ ਘਰ ਦੇ ਵਿੱਚ ਜਦੋਂ ਆਇਆ ਤਾਂ ਖੁਸ਼ੀ ਦਾ ਮਾਹੌਲ ਸੀ। ਕੁਛ ਇੱਦਾਂ ਦੇ ਕੰਮ ਜਿਹੜੇ ਬਣੇ ਨਹੀਂ ਸੀਗੇ ਉਹ ਬਣਨੇ ਸ਼ੁਰੂ ਹੋ ਗਏ ਸੀਗੇ ਅਤੇ ਮੈਨੂੰ ਕਹਿੰਦੇ ਪਤਾ ਲੱਗ ਗਿਆ ਸੀ ਕਿ ਸਾਈਂ ਦਾ ਤਾਂ ਲਾਡੀ ਸ਼ਾਹ ਸਰਕਾਰ ਜੀ ਦੀ ਹੁਣ ਮੇਰੇ 'ਤੇ ਰਹਿਮਤ ਹੋਣੀ ਸ਼ੁਰੂ ਹੋ ਗਈ ਹੈ। ਹੌਲੀ ਹੌਲੀ ਕਹਿੰਦੇ ਮੇਰੇ ਉਹ ਕੰਮ ਵੀ ਬਣ ਗਏ ਜਿਨ੍ਹਾਂ ਦੀ ਕਦੀ ਆਸ ਨਹੀਂ ਸੀ। ਤਾਂ ਸਾਈਂ ਦਾ ਤਾਂ ਲਾਡੀ ਸ਼ਾਹ ਸਰਕਾਰ ਜੀ ਕਹਿੰਦੇ ਮੇਰੇ ਸਿਰ 'ਤੇ ਹਮੇਸ਼ਾ ਹੱਥ ਰੱਖਣ ਅਤੇ ਹਮੇਸ਼ਾ ਸਾਰਿਆਂ ਦਾ ਭਲਾ ਕਰਨ। ਤਾਂ ਇਹ ਸੀ ਅੱਜ ਦੀ ਵੀਡੀਓ, ਜਿਨ੍ਹਾਂ ਨੇ ਸਾਡੇ ਨਾਲ ਕਿੱਸਾ ਸਾਂਝਾ ਕੀਤਾ ਕਿ ਜਿਨ੍ਹਾਂ ਨੂੰ ਇਲਾਇਚੀ ਦਾ ਪ੍ਰਸ਼ਾਦ ਮਿਲਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਕਿੱਦਾਂ ਬਦਲ ਜਾਂਦੀ ਹੈ। ਮੂੰਹੋਂ ਮੰਗੀਆਂ ਮੁਰਾਦਾਂ ਮੇਰੇ ਸਾਈਂ ਜੀ ਦੇ ਦਰਬਾਰ ਤੋਂ ਮਿਲਦੀਆਂ ਨੇ। ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈੱਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਜੀ, ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਹੋਰ ਵੀ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦਾ ਜੀ। ਇੰਸਟਾਗ੍ਰਾਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ, ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।